press the bell icon and never miss a video from newsnumber.com. ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸਾਧ ਸੰਗਤ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਬਿੱਟੂ ਚੱਕਵਾਲਾ ਬਹੁਤ ਬਹੁਤ ਸਵਾਗਤ ਕਰਦਾ। ਸਾਧ ਸੰਗਤ ਜੀ, ਸਿੱਖ ਇਤਿਹਾਸ ਕੁਰਬਾਨੀਆਂ ਭਰਿਆ ਇਤਿਹਾਸ ਹੈ। ਸਿੱਖ ਯੋਧਿਆਂ, ਗੁਰੂ ਸਾਹਿਬਾਨ ਔਰ ਸਿੱਖ ਪੰਥ ਲਈ ਜੂਝਣ ਵਾਲੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਸਿੱਖ ਇਤਿਹਾਸ ਦੇ ਖੂਨੀ ਪੰਨੇ ਨੇ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਹੋਏ ਨੇ। ਸਮੇਂ ਸਮੇਂ 'ਤੇ ਸਿੱਖ ਪੰਥ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦਾ ਸਾਹਮਣਾ ਕਰਦਿਆਂ, ਉਹਨਾਂ ਨਾਲ ਜੂਝਦਿਆਂ, ਉਹਨਾਂ ਦਾ ਹੱਲ ਕਰਦਿਆਂ, ਲੁਕਾਈ ਦੇ ਲਈ ਆਪਣਾ ਆਪ ਬਲੀਦਾਨ ਕਰਦਿਆਂ ਬਹੁਤ ਸਾਰੇ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਸੇ ਕਰਕੇ ਮੈਂ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਭਰਿਆ ਇਤਿਹਾਸ ਹੈ। ਅੱਜ newsnumber.com ਦੀ ਟੀਮ ਲੁਧਿਆਣਾ ਜ਼ਿਲ੍ਹਾ ਦੇ ਗੁਰਦੁਆਰਾ ਮਹਿਦਿਆਣਾ ਸਾਹਿਬ ਦੇ ਵਿੱਚ ਤੁਹਾਨੂੰ ਲੈ ਕੇ ਆਈ ਹੈ। ਦੋਸਤੋ, ਗੁਰਦੁਆਰਾ ਸਾਹਿਬ ਦੇ ਇਸ ਇਤਿਹਾਸਕ ਪੱਖ ਤੋਂ ਅਸੀਂ ਅੱਜ ਤੁਹਾਨੂੰ ਜਾਣੂ ਕਰਵਾਵਾਂਗੇ ਕਿ ਗੁਰਦੁਆਰਾ ਮਹਿਦਿਆਣਾ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਸਮੁੱਚੇ ਸਿੱਖ ਇਤਿਹਾਸ ਨੂੰ, ਸਮੁੱਚੇ ਇਤਿਹਾਸਕ ਪੰਨਿਆਂ ਨੂੰ ਸੰਗਤ ਦੇ ਦੁਆਰਾ ਗੁਰਦੁਆਰਾ ਮਹਿਦਿਆਣਾ ਸਾਹਿਬ ਦੇ ਮੁੱਖ ਸੇਵਾਦਾਰ ਸਵਰਗੀ ਬਾਬਾ ਜੋਰਾ ਸਿੰਘ ਲੱਖਾ ਦੁਆਰਾ ਆਪਣੇ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਯੋਧਿਆਂ ਸੂਰਬੀਰਾਂ ਦੇ ਇਤਿਹਾਸ ਨੂੰ ਰੂਪਮਾਨ ਕਰਦੀਆਂ ਉਹ ਤਸਵੀਰਾਂ, ਉਹ ਚਿੱਤਰ, ਉਹ ਮੂਰਤੀਆਂ ਜਿਹੜੀਆਂ ਉਹ ਇਸ ਇਤਿਹਾਸ ਨੂੰ ਰੂਪਮਾਨ ਕਰਦੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਬਣਾਈਆਂ। ਇਸੇ ਕਰਕੇ ਗੁਰਦੁਆਰਾ ਮਹਿਦਿਆਣਾ ਸਾਹਿਬ ਪੂਰੀ ਦੁਨੀਆ ਭਰ ਦੇ ਵਿੱਚ ਆਪਣੇ ਵਿਲੱਖਣ ਸਥਾਨ ਰੱਖਦਾ ਹੈ। ਗੁਰਦੁਆਰਾ ਮਹਿਦਿਆਣਾ ਸਾਹਿਬ ਦੀ ਇਸ ਵਿਲੱਖਣਤਾ ਕਰਕੇ ਦੂਰੋਂ ਦੂਰੋਂ ਚੱਲ ਕੇ ਆਉਂਦੀ ਸੰਗਤ ਆਪਣੇ ਆਪ ਅਤੇ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੀ ਨਜ਼ਰ ਆਉਂਦੀ ਅਤੇ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰਦੀ ਹੈ। ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ। ਕਾਲ ਮੂਰਤ ਅਜੂਨੀ ਸੈਭਮ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਬਾਬਾ ਜੋਰਾ ਸਿੰਘ ਜੀ ਲੱਖਾ, ਉਹ ਮੇਰੇ ਦਾਦਾ ਜੀ ਸਨ। ਉਹ ਪਿਛਲੇ 45 ਸਾਲਾਂ ਤੋਂ ਗੁਰਦੁਆਰਾ ਮਹਿਦਿਆਣਾ ਸਾਹਿਬ ਦੀ ਸੇਵਾ ਕਰ ਰਹੇ ਸਨ। ਉਹਨਾਂ ਦਾ ਇਸ ਸਥਾਨ ਦੇ ਨਾਲ ਬਹੁਤ ਜ਼ਿਆਦਾ ਨਿੱਜੀ ਪਿਆਰ ਕਹਿ ਸਕਦੇ ਹਾਂ, ਅਤੇ ਬਹੁਤ ਜ਼ਿਆਦਾ ਹਰ ਪੱਖੋਂ ਹਰ ਗੱਲੋਂ ਉਹ ਇਸ ਗੁਰਦੁਆਰਾ ਮਹਿਦਿਆਣਾ ਸਾਹਿਬ ਨੂੰ ਘਰ ਦੇ ਵਿੱਚੋਂ ਸਭ ਤੋਂ ਮੁੱਖ ਸਮਝਦੇ ਸਨ। ਬਾਬਾ ਜੀ ਕਾਫੀ ਸਮਾਂ ਪਹਿਲਾਂ ਗੁਰਦੁਆਰਾ ਮਹਿਦਿਆਣਾ ਸਾਹਿਬ ਵਿਖੇ ਆਏ। ਜਦੋਂ ਉਹ ਪਹਿਲੀ ਵਾਰ ਆਏ ਤਾਂ ਉਦੋਂ ਇਹ ਜਗ੍ਹਾ ਬਹੁਤ ਹੀ ਛੋਟੀ ਇੱਕ ਕਮਰਾ ਸੀ, ਅਤੇ ਜਦੋਂ ਬਾਬਾ ਜੀ ਨੇ ਪਹਿਲੀ ਵਾਰੀ ਆ ਕੇ ਅੰਦਰ ਦੇਖਿਆ ਤਾਂ ਉਹਨਾਂ ਨੂੰ ਇੱਕ ਅਜੀਬੋ ਗਰੀਬ ਚੀਜ਼ ਨਜ਼ਰ ਆਈ। ਮਤਲਬ ਦੇਖਣ ਵਿੱਚ ਉੱਥੇ ਸਫਾਈ ਬਿਲਕੁਲ ਨਹੀਂ ਸੀ, ਅਤੇ ਮਹਾਰਾਜ ਆਪਣੇ ਸਿੰਘਾਸਨ 'ਤੇ ਸਨ ਅਤੇ ਕਬੂਤਰਾਂ ਦੇ ਫੰਗ ਬਿੱਠਾਂ ਅਤੇ ਇਸ ਤਰ੍ਹਾਂ ਦਾ ਉੱਥੇ ਮਾਹੌਲ ਸੀ, ਅਤੇ ਬਾਬਾ ਜੀ ਦੇ ਦਿਲ ਨੂੰ ਬੜੀ ਠੇਸ ਪਹੁੰਚੀ। ਉਹਨਾਂ ਨੇ ਜਿੰਨਾ ਉਸ ਦਿਨ ਉਸ ਟਾਈਮ ਉਹਨਾਂ ਤੋਂ ਹੋਇਆ ਉਹਨਾਂ ਨੇ ਸਫਾਈ ਕੀਤੀ ਅਤੇ ਘਰ ਆ ਕੇ ਆਪਣੇ ਪਰਿਵਾਰ ਦੇ ਵਿੱਚ ਸਲਾਹ ਕੀਤੀ ਕਿ ਅੱਜ ਮੈਂ ਉਸ ਸਥਾਨ 'ਤੇ ਗਿਆ ਅਤੇ ਮੈਨੂੰ ਬਹੁਤ ਹੀ ਦੁੱਖ ਮਹਿਸੂਸ ਹੋਇਆ। ਨਾਲ ਉਹਨਾਂ ਨੇ ਭਰਾਵਾਂ ਨੇ ਉਹਨਾਂ ਨੂੰ ਸਹਿਯੋਗ ਦਿੱਤਾ ਅਤੇ ਬਾਬਾ ਜੀ ਨੇ ਸਭ ਤੋਂ ਪਹਿਲਾਂ ਇਸ ਸਥਾਨ 'ਤੇ ਆ ਕੇ ਆਪਣੇ ਜੋ ਪਰਿਵਾਰ ਦੇ ਨਾਲ ਉਹਨਾਂ ਦੇ ਉਸ ਟਾਈਮ ਦੇ ਨਾਲ ਸਾਥੀ ਸੀ ਜਾਂ ਉਹਨਾਂ ਦੇ ਮਿੱਤਰ ਸੀ
ਉਹਨਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਆਏ ਅਤੇ ਉਹਨਾਂ ਨੇ ਸਾਰੀ ਸਫਾਈ ਕੀਤੀ ਅਤੇ ਸਭ ਤੋਂ ਪਹਿਲਾਂ ਇੱਥੇ ਅਖੰਡ ਪਾਠ ਸਾਹਿਬ ਕਰਾਉਣ ਬਾਰੇ ਵਿਚਾਰ ਕੀਤੀ ਅਤੇ ਜਦੋਂ ਉਹਨਾਂ ਨੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਇਆ ਅਤੇ ਸਾਰਿਆਂ ਨੇ ਸਹਿਯੋਗ ਦਿੱਤਾ ਅਤੇ ਕੁਛ ਉਹਨਾਂ ਦੇ ਜੋ ਮਿੱਤਰ ਸਾਥੀ ਉਹ ਗੱਲਾਂ ਕਰਨ ਲੱਗ ਪਏ ਕਿ ਆਪਾਂ ਇਸ ਸਥਾਨ 'ਤੇ ਅਖੰਡ ਪਾਠ ਕਰਾ ਰਹੇ ਹਾਂ ਪਰ ਇੱਥੇ ਆਲੇ ਦੁਆਲੇ ਵਸੋਂ ਜਾਂ ਕੁਛ ਇਸ ਤਰ੍ਹਾਂ ਦਾ ਤਾਂ ਹੈ ਨਹੀਂ। ਫਿਰ ਬਾਬਾ ਜੀ ਨੇ ਕਿਹਾ ਚਲੋ ਕੋਈ ਗੱਲ ਨਹੀਂ, ਜਾਨਵਰ ਤਾਂ ਹੈ ਵੀ ਆਪਾਂ ਇਸ ਸਥਾਨ 'ਤੇ ਅਖੰਡ ਪਾਠ ਕਰਾਓ, ਪਰਮਾਤਮਾ ਆਪਣੇ ਨਾਲ ਹੈ। ਸਭ ਤੋਂ ਪਹਿਲਾਂ ਇਸ ਸਥਾਨ ਦੀ ਸੇਵਾ ਬਾਬਾ ਜੋਰਾ ਸਿੰਘ ਜੀ ਨੇ, ਇਸ ਸਥਾਨ ਦੀ ਨੀਂਹ ਸੰਤ ਬਾਬਾ ਨਰੈਣ ਸਿੰਘ ਜੀ ਨਾਨਕਸਰ ਵਾਲਿਆਂ ਤੋਂ ਰਖਵਾਈ, ਉਸ ਤੋਂ ਬਾਅਦ ਦਰਬਾਰ ਸਾਹਿਬ ਆਰੰਭ ਕੀਤਾ ਅਤੇ ਫਿਰ ਬਾਬਾ ਜੀ ਨੇ ਸਰੋਵਰ ਦੀ ਸੇਵਾ ਸ਼ੁਰੂ ਕੀਤੀ। ਸਰੋਵਰ ਦੀ ਸੇਵਾ ਨਾਲ ਚੱਲਦੇ ਚੱਲਦੇ ਫਿਰ ਬਾਬਾ ਜੀ ਦੇ ਮਨ ਵਿੱਚ ਇੱਕ ਅਜੀਬੋ ਗਰੀਬ ਹੁਰਨਾ ਆਇਆ ਕਿ ਮੈਂ ਇੱਕ ਐਸੀ ਚੀਜ਼ ਬਣਾਵਾਂ, ਐਸੀ ਚੀਜ਼ ਦੁਨੀਆ ਦੇ ਵਿੱਚ ਆਵੇ ਜੋ ਨੌਜਵਾਨ ਪੀੜ੍ਹੀ ਬੱਚੇ ਜੋ ਆਉਣ ਵਾਲੇ ਸਮੇਂ ਵਿੱਚ ਸਾਰੇ ਹੀ ਲੋਕਾਂ ਪ੍ਰਤੀ ਇੱਕ ਬਹੁਤ ਵੱਡੀ ਯਾਦ ਬਣ ਕੇ ਰਹਿ ਜਾਵੇ। ਜੋ ਇਸ ਸਥਾਨ ਦੇ ਉੱਪਰ ਆਪਾਂ ਦੇਖਦੇ ਹਾਂ ਅਰਦਾਸ ਦੀਆਂ ਝਲਕੀਆਂ, ਇਹ ਬਾਬਾ ਜੀ ਨੇ ਆਪਣੀ ਸੋਚ ਨਾਲ ਮਿਸਤਰੀ ਸਿੰਘਾਂ ਦੇ ਨਾਲ ਆਪਣੇ ਕੋਲ ਬੈਠ ਕੇ ਆਪਣੇ ਹਰ ਇੱਕ ਦਿਮਾਗ ਦੇ ਨਾਲ ਸੋਚ ਕੇ ਇਸ ਮੂਰਤੀਆਂ ਨੂੰ ਅੰਜਾਮ ਦਿੱਤਾ ਅਤੇ ਜੋ ਅੱਜ ਆਪਣੇ ਵਿੱਚ ਅਰਦਾਸ ਦੇ ਵਿੱਚ ਜੋ ਜੋ ਝਲਕੀਆਂ ਨੇ, ਚਰਖੜੀਆਂ ਦੇ ਚੜ੍ਹੇ, ਆਰਿਆ ਨਾ ਚਰਾਏ ਗਏ, ਸਾਹਿਬਜ਼ਾਦਿਆਂ ਦਾ ਇਤਿਹਾਸ, ਮਾਈ ਭਾਗੋ ਦਾ ਜੰਗ ਅਤੇ ਹੋਰ ਹੀ ਅਨੇਕਾਂ ਤਸਵੀਰਾਂ ਜੋ ਤੁਸੀਂ ਇੱਥੇ ਦੇਖ ਚੁੱਕੇ ਹੋ। ਸੋ ਦੋਸਤੋ, ਇਹ ਸੀ ਨਿਊਜ਼ ਨੰਬਰ .com ਦੀ ਇੱਕ ਖਾਸ ਪੇਸ਼ਕਸ਼, ਗੁਰਦੁਆਰਾ ਮਹਿਦੇਣਾ ਸਾਹਿਬ ਤੋਂ ਖਾਸ ਰਿਪੋਰਟ। ਗੁਰਦੁਆਰਾ ਮਹਿਦੇਣਾ ਸਾਹਿਬ ਦੁਨੀਆ ਦਾ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਸਥਾਨ ਰੱਖਦਾ ਹੈ। ਗੁਰਦੁਆਰਾ ਸਾਹਿਬ ਦੇ ਸਮੁੱਚੇ ਆਪਾਂ ਸੰਗਤ ਨੇ ਜਿੱਥੇ ਦੇਖਿਆ ਕਿ ਪੂਰੇ ਸਿੱਖ ਇਤਿਹਾਸ ਨੂੰ ਜਿਹੜਾ ਉਹ ਰੂਪਮਾਨ ਕੀਤਾ ਗਿਆ ਇੱਕ ਅਜਾਇਬ ਘਰ ਦੇ ਰਾਹੀਂ। ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਸਮੇਂ ਸਮੇਂ 'ਤੇ ਇੱਥੇ ਜਿਹੜੀ ਹਾਜ਼ਰੀ ਭਰਦੀ ਆ ਰਹੀ ਹੈ ਅਤੇ ਜਿਸ ਤਰ੍ਹਾਂ ਭਾਈ ਕੁਲਵੰਤ ਸਿੰਘ ਹੋਰਾਂ ਨੇ ਦੱਸਿਆ ਕਿ ਬਾਬਾ ਜੋਰਾ ਸਿੰਘ ਜੀ ਮੁੱਖ ਸੇਵਾਦਾਰ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਹ ਇਸ ਸਥਾਨ 'ਤੇ ਸੇਵਾ ਨਿਭਾ ਰਹੇ ਨੇ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਇਤਿਹਾਸ ਨੂੰ ਸੰਬੰਧਿਤ ਭਾਵੇਂ ਸਿੱਖ ਇਤਿਹਾਸ ਦੇ ਸਾਕੇ ਹੋਣ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਰੂਪਮਾਨ ਕਰਦੀ ਉਹ ਚਾਕੀ ਹੋਵੇ, ਅਜਾਇਬ ਘਰ ਦੀਆਂ ਜਿਹੜੀਆਂ ਇਹ ਚਾਕੀਆਂ ਨੇ, ਸਿੱਖ ਯੋਧਿਆਂ ਦੀਆਂ ਤਸਵੀਰਾਂ ਨੇ, ਉਹਨਾਂ ਦੀਆਂ ਮੂਰਤੀਆਂ ਨੇ, ਸਮੇਂ ਸਮੇਂ 'ਤੇ ਕਿਤੇ ਨਾ ਕਿਤੇ ਸਿੱਖਾਂ ਦੇ ਮਨ ਨੂੰ ਸਮੇਂ ਸਮੇਂ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਝੰਜੋੜਦੀਆਂ ਰਹਿਣਗੀਆਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਿੱਟੂ ਚੱਕ ਵਾਲੇ ਹੁੰਦੇ ਹੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।